ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਜਾਂ ਕਉ ਸਿਮਰ ਅਜਾਮਲ ਉਤਰਿਓ ਜਾਂ ਕਉ ਸਿਮਰ ਅਜਾਮਲ ਉਤਰਿਓ ਗਣ ਕਾ ਹੂੰ ਗਤ ਪਾਈ ਗਣ ਕਾ ਗਤ ਪਾਈ ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੋਧਿਆਈ ਤਾਂ ਕੋ ਦੁੱਖ ਹਰਿਓ ਕਰਨਾ ਮੈਂ ਆਪਣੀ ਪੈਜ ਰਖਾਈ ਆਪਣੀ ਪੈਜ ਰਖਾਈ ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਕਿਰਪਾ ਨਿਤ ਗਾਇਓ ਤਾਂ ਕਉ ਪਇਓ ਸਹਾਈ ਤਾਂ ਕਉ ਪਇਓ ਸਹਾਈ ਕਹੁ ਨਾਨਕ ਮੈਂ ਹੀ ਪਰੋਸੈ ਕਹੁ ਨਾਨਕ ਮੈਂ ਹੀ ਪਰੋਸੈ ਗਹੀਆਨ ਸ਼ਰਨਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਵਾਹਿਗੁਰੂ ਨਾਮ ਸਦਾ ਸੁਖਦਾਈ ਵਾਹਿਗੁਰੂ 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 ਜਪੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹਰ ਕੋ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਨਾਮ ਸਦਾ ਸੁਖਦਾਈ ਜਨਮ ਇਹ ਰਤਨ ਮੋਲਕ ਸਾਧ ਸੰਗਤ ਜਾਪੀ ਖਿਣਾ ਸੱਤ ਪੁਰਸ਼ਾਂ ਦੀ ਸੰਗਤ ਵਿੱਚ ਪੈ ਕੇ ਜੀਵ ਘੜੀ ਦੋ ਘੜੀ ਤੂੰ ਉਸ ਪਰਮਾਤਮਾ ਦਾ ਨਾਮ ਜਪ ਜੋ ਸੁਖ ਕਉ ਚਾਹੇ ਸਦਾ ਜੇ ਤੂੰ ਸਦਾ ਵਾਸਤੇ ਹੀ ਆਪਣੀ ਜ਼ਿੰਦਗੀ ਵਿੱਚ ਸੁੱਖ ਚਾਹੁੰਦਾ ਹੈ ਤਾਂ ਸ਼ਰਨ ਰਾਮ ਕੀ ਲੇਹ ਉਸ ਪਰਮਾਤਮਾ ਦੀ ਸ਼ਰਨ ਲੇ ਅਤੇ ਮਹਾਰਾਜ ਕਹਿੰਦੇ ਨੇ ਦੁਰਲੱਭ ਦੇਹ ਪਾਈ ਵਡਭਾਗੀ ਪੂਰਬਲੇ ਕਰਮਾਂ ਦੇ ਕਰਕੇ ਤੈਨੂੰ ਇਹ ਦੁਰਲੱਭ ਦੇਹੀ ਮਿਲੀ ਹੈ ਇਹ ਬਹੁਤ ਹੀ ਵਡਭਾਗਾ ਹੈ ਤੂੰ ਜੀਵ ਦੁਰਲੱਭ ਦੇਹ ਪਾਈ ਵਡਭਾਗੀ ਨਾਮ ਨਾ ਜਪੇ ਤੇ ਆਤਮ ਕਰਦੀ ਪਰ ਜੇ ਤੂੰ ਨਾਮ ਨਹੀਂ ਜਪ ਰਿਹਾ ਗੁਰੂ ਘਰ ਨਹੀਂ ਜਾ ਰਿਹਾ ਸਤ ਸੰਗਤ ਨਹੀਂ ਕਰ ਰਿਹਾ ਨਾਮ ਨਾ ਜਪੇ ਤੇ ਆਤਮ ਘਾਤੀ ਤੂੰ ਆਪਣੀ ਇਹ ਜਿੰਦ ਦਾ ਘਾਤ ਕਰ ਰਿਹਾ ਹੈ ਆਪਣੇ ਜੀਵਨ ਨੂੰ ਅਜਾਈ ਗਵਾ ਰਿਹਾ ਹੈ ਮਨ ਗੁਰਮਿਲ ਕਾਜ ਸਵਾਰੀ ਔਦ ਘਟੈ ਦਿਨ ਸਿਰੈ ਨਾਰੇ ਮਨ ਮਨਾ ਤੂੰ ਗੁਰੂ ਨੂੰ ਮਿਲ ਕੇ ਤੇ ਆਪਣੇ ਜੀਵਨ ਦਾ ਜੋ ਮਨੋਰਥ ਹੈ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਸਾਧ ਸੰਗਤ ਰੂਪ ਵਿੱਚ ਬੈਠ ਕੇ ਉਸ ਪਰਮਾਤਮਾ ਦਾ ਨਾਮ ਭੱਜ ਉਸ ਪਰਮਾਤਮਾ ਦਾ ਨਾਮ ਜਪ ਕਰ ਉਸ ਪਰਮਾਤਮਾ ਦੀ ਬਾਣੀ ਪੜ੍ਹ ਕੀਰਤਨ ਸਰਵਣ ਕਰ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਹੇ ਮਨਾ ਤੂੰ ਸੁਣ ਗੁਰਬਾਣੀ ਸੁਣ ਵਿਚਾਰ ਸੁਣ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਇਹੀ ਵੇਲਾ ਹੈ ਇਹੀ ਜੋ ਆਪਾਂ ਨੂੰ ਮਾਨੁਖ ਦੇਹੀ ਮਿਲੀ ਹੈ ਦੁਰਲੱਭ ਦੇਹੀ ਹੈ ਇਹੀ ਵੇਲਾ ਹੈ ਇਹੀ ਅਵਸਰ ਹੈ ਕਿਉਂਕਿ ਬਾਕੀ ਹੋਰ ਜੋ 84 ਲੱਖ ਜੂਨ ਹੈ ਉਸਨੂੰ ਸੋਝੀ ਨਹੀਂ ਹੈ ਨਾਮ ਜਪਣ ਦੀ ਇਹੀ ਵੇਲਾ ਹੈ ਇਸ ਦੇਹੀ ਕੋ ਸਿਮਰੇ ਦੇਵ ਸੋ ਦੇਹੀ ਭਜ ਹਰ ਕੀ ਸੇ ਭਜੋ ਗੋਬਿੰਦ ਭੂਲ ਮਤ ਜਾਹੋ ਮਾਨਸ ਜਨਮ ਕਾ ਇਹੀ ਲਾਹੋ ਦੇਵਤੇ ਵੀ ਇਸ ਦੇਹੀ ਨੂੰ ਲੋਚਦੇ ਹਨ ਤੇ ਕਈ ਵਾਰ ਆਪਾਂ ਇਹ ਦੇਵੀ ਦੇ ਵਿੱਚ ਆ ਕੇ ਆਤਮ ਹੱਤਿਆ ਕਰ ਲੈਂਦੇ ਹਾਂ ਐਵੇਂ ਹੀ ਆਪਣਾ ਜੀਵਨ ਗਵਾ ਬਹਿੰਦੇ ਹਾਂ ਕੋਈ ਮਰ ਰਿਹਾ ਸੀ ਤੇ ਕੋਈ ਸਤਪੁਰਸ਼ ਉਹਨਾਂ ਨੂੰ ਮਿਲੇ ਨਹਿਰ ਵਿੱਚ ਛਾਲ ਮਾਰਨ ਲੱਗਾ ਸੀ ਜੀਵਨ ਤੋਂ ਤੰਗ ਸੀ ਤੇ ਜਦੋਂ ਸਤਪੁਰਸ਼ਾਂ ਦਾ ਗਾੜੀ ਉਹਨੂੰ ਮੇਲ ਹੋਇਆ ਤੇ ਕਹਿਣ ਲੱਗੇ ਕੀ ਕਰਨ ਲੱਗਾ ਤਾਂ ਕਿ ਮੈਂ ਇਹ ਜੀਵਨ ਦੀ ਆਪਣੀ ਲੀਲਾ ਖਤਮ ਕਰਨ ਲੱਗਾ ਮੈਂ ਤੰਗ ਆ ਗਿਆ ਕਹਿੰਦੇ ਚੱਲ ਮਰਨਾ ਹੀ ਆ ਤੂੰ ਘੜੀ ਖਲੋ ਕੇ ਸਾਡੀ ਇੱਕ ਗੱਲ ਮੰਨ ਲੈ
ਉਹਨੂੰ ਆਂਦੇ ਵੀ ਮੈਨੂੰ ਆਪਣੀ ਇੱਕ ਅੱਖ ਦੇ ਦੇ, ਇੱਕ ਕਿਡਨੀ ਦੇ ਦੇ। ਜਦੋਂ ਸਰੀਰ ਦੇ ਅੰਗ ਮੰਗੇ ਤੋਂ ਆਉਂਦਾ ਵੀ ਇਹ ਤਾਂ ਨਹੀਂ ਮੈਂ ਦੇ ਸਕਦਾ। ਅਤੇ ਜੇ ਆਪਾਂ ਕਿਸੇ ਟਾਈਮ ਪਰਮਾਤਮਾ ਨਾ ਕਰੇ ਆਪਾਂ ਹੋਸਪਿਟਲ ਵਿੱਚ ਵੀ ਚੱਲ ਜਾਈਏ, ਦਾਖਲ ਹੋ ਜਾਈਏ, ਤਾਂ ਕਈ ਵਾਰ ਆਪਾਂ ਨੂੰ ਇਲਾਜ ਕਰਨਾ ਪਵੇ ਤਾਂ ਕਿੰਨਾ ਕਿੰਨਾ ਮਹਿੰਗਾ ਇਲਾਜ ਹੈ ਜੀਵ ਦਾ। ਅਤੇ ਪਰ ਜਦੋਂ ਸਮਝ ਨਾ ਹੋਵੇ ਉਦੋਂ ਆਪਾਂ ਇਹਨੂੰ ਐਵੇਂ ਹੀ ਗਵਾ ਦਿੰਦੇ ਹਾਂ, ਐਵੇਂ ਹੀ, ਕਿਉਂਕਿ ਆਪਾਂ ਇਸ ਜੀਵਨ ਨੂੰ ਸਮਝਦੇ ਨਹੀਂ ਹਾਂ। ਜਾਂ ਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੇ ਬਸੇਰਾ। ਹੇ ਜੀਵ, ਜਿਹੜੇ ਕਾਰਜ ਵਾਸਤੇ ਤੂੰ ਆਇਆ ਹੈ, ਜਿੱਥੇ ਸੰਸਾਰ ਵਿੱਚ ਵਿਚਰਦਿਆਂ ਆਪਣੀ ਕਿਰਤ ਵਿਰਤ ਕਰਨੀ ਹੈ, ਉੱਥੇ ਤੂੰ ਆਪਣੇ ਜੀਵਨ ਨੂੰ ਵੀ ਸਫਲ ਕਰਨਾ ਹੈ। ਸੁਣ ਮਨ ਮਿੱਤਰ ਪਿਆਰਿਆ, ਮਿਲ ਵੇਲਾ ਹੈ ਇਹ, ਜਬ ਲੱਗ ਜੋਬਣ ਸਾਸ ਹੈ ਤਬ ਲੱਗੇ ਉਹ ਤਨ ਦੇ। ਜਦੋਂ ਤੱਕ ਤੇਰੇ ਵਿੱਚ ਸਵਾਸ ਹਨ ਉਦੋਂ ਤੱਕ ਹੀ ਤੂੰ ਜਪ ਸਕਦਾ ਹੈ, ਕਿਉਂਕਿ ਜਦੋਂ ਜਿੰਦ ਨਿਕਲ ਗਈ ਫਿਰ ਮਿੱਟੀ ਦੀ ਢੇਰੀ, ਫਿਰ ਤੇਰੀ ਕੋਈ ਨਹੀਂ, ਕਿਸੇ ਨਹੀਂ, ਫਿਰ ਤੇ ਕਾਢੋ ਕਾਢੋ ਹੋਈ। ਘਰਦਿਆਂ ਵੀ ਕਹਿਣਾ ਹੈ ਕਿ ਮਿੱਟੀ ਹੈ, ਹੁਣ ਇਸ ਨੂੰ ਫੂਕ ਦਿੱਤਾ ਜਾਵੇ। ਵਣਜ ਕਰੋ ਵਣਜਾਰਿਓ ਵੱਖਰ ਲਿਹੋ ਸਮਾਲ, ਉਸ ਪਰਮਾਤਮਾ ਦਾ ਵਣਜ ਕਰੋ, ਉਸ ਪਰਮਾਤਮਾ ਨੂੰ ਨਾਮ ਨੂੰ ਜਪ। ਤੈਸੀ ਵਸਤ ਵਸਾਹੀਏ ਜੈਸੀ ਨਿਭੇ ਨਾਲ, ਤੇ ਕਿਹੋ ਜਿਹੀ ਵਣਜ ਕਰ, ਇਹੋ ਜਿਹਾ ਉਸ ਪਰਮਾਤਮਾ ਦੇ ਦਿੱਤੇ ਹੋਏ ਸਵਾਸਾਂ ਨੂੰ ਸਫਲ ਕਰ ਕਿ ਜੋ ਤੇਰੇ ਅੰਤ ਵੇਲੇ ਸਹਾਈ ਹੋਵੇ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਅੱਗੇ ਸ਼ਾਹੋ ਸੁਜਾਨ ਹੈ ਲੈਸੀ ਵਸਤ ਸਮਾਲ, ਉਸ ਪਰਮਾਤਮਾ ਦੇ ਦਰ ਵਿੱਚ ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਕੋਈ ਰਿਸ਼ਵਤ ਨਹੀਂ ਚੱਲਣੀ, ਉੱਥੇ ਕੋਈ ਇਹ ਨਹੀਂ ਕਹਿ ਦੇਣਾ ਕਿ ਮੈਂ ਬੜਾ ਵੱਡਾ ਕੋਈ ਅਫਸਰ ਹਾਂ, ਕੋਈ ਮੰਤਰੀ ਹਾਂ, ਕੁਝ ਵੀ ਉੱਥੇ ਨਹੀਂ। ਉਹ ਪਰਮਾਤਮਾ ਦੀ ਦਰਗਾਹ ਵਿੱਚ ਤੇਰੇ ਕੀਤੇ ਹੋਏ ਕਰਮਾਂ ਦਾ ਹੀ ਫੈਸਲਾ ਹੈ। ਉੱਥੇ ਸੱਚੇ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਹੋਰ ਤੇਰੇ ਪਰ ਇਸ ਨਾਮ ਤੋਂ ਬਿਨਾਂ ਤੇਰਾ ਕਿਸੇ ਨੇ ਸਹਾਈ ਨਹੀਂ ਹੋਣਾ। ਹਰ ਜਸ ਰੇਮਲਾ ਗਾਏ ਲੈ, ਜੋ ਆਪਾਂ ਨੂੰ ਗੁਰੂ ਸਾਹਿਬ ਜੀ ਵਾਰ ਵਾਰ ਗੁਰਬਾਣੀ ਜਦੋਂ ਪੜ੍ਹਾਂਗੇ ਤਾਂ ਨਾਮ ਜਪ, ਨਾਮ ਵਾਲਾ ਬਣ, ਗੁਰੂ ਵਾਲਾ ਬਣ, ਇਹੀ ਆਪਾਂ ਨੂੰ ਵਾਰ ਵਾਰ ਬਾਣੀ ਸਮਝਾਉਂਦੀ ਹੈ। ਹਰ ਜਸ ਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ, ਜੋ ਤੇਰਾ ਸਾਥੀ ਹੈ, ਜੋ ਤੇਰਾ ਸੰਗੀ ਹੈ, ਅਵਸਰ ਬੀਤਿਓ ਜਾਤ ਹੈ। ਕਿਉਂਕਿ ਆਪਾਂ ਕਹੀਏ ਕਿ ਦਿਨ ਤੇ ਰਾਤ ਨਾ ਹੋਵੇ, ਦਿਨ ਨੂੰ ਫੜ ਲਈਏ, ਏਦਾਂ ਨਹੀਂ ਹੋਇਆ। ਇਹ ਅਵਸਰ ਜਿਹੜਾ ਹੈ ਇਹ ਬੀਤਦਾ ਜਾ ਰਿਹਾ ਹੈ। ਅਵਸਰ ਬੀਤਿਓ ਜਾਤ ਹੈ ਕਹਿਓ ਮੰਨ ਲੈ ਮੇਰੋ। ਇਹ ਮੂਰਖ ਮਣਾ ਤੂੰ ਕਿਉਂ ਨਹੀਂ ਗੁਰੂ ਸਾਹਿਬਾਂ ਦੀ ਗੱਲ ਮੰਨਦਾ, ਤਾਂ ਜੋ ਤੇਰਾ ਇਹ ਆਇਆ ਸਫਲ ਹੋ ਜਾਵੇ। ਮਹਾਰਾਜ ਕਿਰਪਾ ਕਰਨ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ। ਦੁਨੀਆਂ ਵਿੱਚ ਭਾਈ ਜੇ ਤੂੰ ਕੋਈ ਸੇਵ, ਕੋਈ ਧਰਮ ਦਾ ਕਰਮ ਕੀਤਾ ਹੈ ਤਾਂ ਹੀ ਤੇਰੀ ਦਰਗਾਹ ਵਿੱਚ ਤੈਨੂੰ ਬਹਿਣਾ ਹੈ। ਸੋ ਆਓ ਪਾਣ ਪਿੱਤਰ ਸ਼ਬਦ, ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ। ਵਿੱਚ ਦੁਨੀਆਂ
ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਦਰਗੇ ਬੈਸਨ ਪਾਈਏ ਤਾਂ ਦਰਗੇ ਬੈਸਨ ਪਾਈਏ ਵਿੱਚ ਦੁਨੀਆ ਸੇਵ ਕਮਾਈਏ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਦਰਗੇ ਬੈਸਨ ਪਾਈਏ ਕਹੋ ਨਾਨਕ ਬਾਲ ਉਡਾਈਏ ਕਹੋ ਨਾਨਕ ਬਾਲ ਉਡਾਈਏ ਵਿੱਚ ਦੁਨੀਆ ਸੇਵ ਕਮਾਈਏ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਤਾਂ ਦਰਗੇ ਬੈਸਨ ਪਾਈਏ ਅਛਲ ਛਲਾਈ ਨਹਿ ਛਲੇ ਅਛਲ ਛਲਾਈ ਨਹਿ ਛਲੇ ਨਹਿ ਕਾਉ ਕਟਾਰਾ ਕਰ ਸਕੇ ਨਹਿ ਕਾਉ ਕਟਾਰਾ ਕਰ ਸਕੇ ਜੋ ਸਾਹਿਬ ਰਾਖੇ ਤਿਉਂ ਰਹੇ ਜੋ ਸਾਹਿਬ ਰਾਖੇ ਤਿਉਂ ਰਹੇ ਇਸ ਲੋਭੀ ਕਾ ਜੀਉ ਟਲ ਪਲੇ ਇਸ ਲੋਭੀ ਕਾ ਜੀਉ ਟਲ ਪਲੇ ਵਿੱਚ ਦੁਨੀਆ ਸੇਵ ਕਮਾਈਏ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਤਾਂ ਦਰਗੇ ਬੈਸਨ ਪਾਈਏ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਨ ਪਾਈਏ ਤਾਂ ਦਰਗੇ ਬੈਸਨ ਪਾਈਏ ਬਿਨ ਤੇਲ ਦੀਵਾ ਕਿਉਂ ਜਲੇ
ਕਰ ਚਾਨਣ ਸਾਹਿਬ ਤੋ ਮਿਲੇ। ਕਰ ਚਾਨਣ ਸਾਹਿਬ ਤੋ ਮਿਲੇ, ਪੋਥੀ ਪੁਰਾਣ ਕਮਾਈਏ, ਪਉ ਬੱਟੀ ਇਸ ਤਨ ਪਾਈਏ, ਪਉ ਬੱਟੀ ਇਸ ਤਨ ਪਾਈਏ, ਪਉ ਬੱਟੀ ਇਸ ਤਨ ਪਾਈਏ, ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਹਿ ਬੈਸਨ ਪਾਈਏ, ਤਾਂ ਦਰਗਹਿ ਬੈਸਨ ਪਾਈਏ, ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਹਿ ਬੈਸਨ ਪਾਈਏ, ਤਾਂ ਦਰਗਹਿ ਬੈਸਨ ਪਾਈਏ। ਇੱਕ ਤਨ ਲਾ ਕੇ ਬਾਣੀਆਂ, ਸੁਖ ਹੋਵੇ ਸੇਵ ਕਮਾਣੀਆਂ, ਸਭ ਦੁਨੀਆ ਆਵਣ ਜਾਣੀਆਂ, ਸਭ ਦੁਨੀਆ ਆਵਣ ਜਾਣੀਆਂ, ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਹਿ ਬੈਸਨ ਪਾਈਏ, ਤਾਂ ਦਰਗਹਿ ਬੈਸਨ ਪਾਈਏ, ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਹਿ ਬੈਸਨ ਪਾਈਏ, ਤਾਂ ਦਰਗਹਿ ਬੈਸਨ ਪਾਈਏ, ਤਾਂ ਦਰਗਹਿ ਬੈਸਨ ਪਾਈਏ, ਤਾਂ ਦਰਗਹਿ ਬੈਸਨ ਪਾਈਏ, ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ, ਤਾਂ ਦਰਗਹਿ ਬੈਸਨ ਪਾਈਏ, ਤਾਂ ਦਰਗਹਿ ਬੈਸਨ ਪਾਈਏ, ਤਾਂ ਦਰਗਹਿ ਬੈਸਨ ਪਾਈਏ, ਤਾਂ ਦਰਗਹਿ ਬੈਸਨ ਪਾਈਏ।
ਪਾਈਏ। ਇਤਨੀ ਸੇਵਾ ਪ੍ਰਵਾਨ ਗੁਰੂ ਸਾਹਿਬ ਜੀ ਕਿਰਪਾ ਕਰਨ, ਜੋ ਸਾਡੇ ਕੋਲੋਂ ਜੀ ਵਿਛੜ ਚੁੱਕਾ ਹੈ ਮਾਤਾ ਜੋਗਿੰਦਰ ਕੌਰ ਜੀ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਦੀ ਵਾਸ ਕਾਲ ਵਾਸਤੇ ਨਿਵਾਸ ਬਖਸ਼ਣ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਾਓ ਜਲ ਫੇਰਾ, ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਵੇਰਾ। ਆਪਾਂ ਸਾਰੇ ਜਾਣੇ ਇਹੀ ਅਰਦਾਸ ਕਰਨੀ ਹੈ ਗੁਰੂ ਸਾਹਿਬਾਂ ਦੀ ਹਜ਼ੂਰੀ ਅੰਦਰ ਕਿ ਮਾਰੀ ਕਿਰਪਾ ਕਰ, ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਆਵਾਗਾਉਣ ਤੋਂ ਦੇ ਚੱਕਰ ਤੋਂ ਬਚਾ ਕੇ ਸਦੀ ਵਿਕਾਰ ਲਈ ਆਪਣੇ ਚਰਨਾਂ ਵਿੱਚ ਜੋੜ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣਾ ਸਿਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ, ਰਾਮਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸੇਤੀ ਮਨ ਵਜਿਆ ਵਦਾਨ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ, ਸ਼ਬਦੋ ਤਾਂ ਗਾਵੋ ਹਰੀ ਤੇਰਾ ਮਨ ਜਿਨੀ ਵਸਾਇਆ, ਕਹਿ ਨਾਨਕ ਦੋਵਾ ਸਤਿਗੁਰੂ ਮੈਂ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ। ਸਗਲ ਮਨੋਰਥ ਪੂਰ
ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ, ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ, ਮੱਤ ਪਤ ਦਾ ਰਾਖਾ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਕਾਦਸ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਇਨੀ ਮਾਣਿਆਂ ਦੇ ਮਾਣ ਸਤਿਗੁਰੂ, ਨੀ ਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ। ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ ਜੋਤ ਰਹੀ ਹੈ ਜੀ। ਆਪ ਜੀ ਦੀ ਗੁਰਬਾਣੀ ਦੇ ਮਹਾਨ ਵਾਕ ਹਨ, ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਏ ਨਾ ਬੰਧੇ ਧੀਰ, ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਾਇਆ ਕਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੇ ਦੇ ਮਾਂ ਵਾਕ ਅਨੁਸਾਰ। ਆਪ ਜੀ ਦੇ ਦਰ ਘਰ ਦੇ ਸੇਵਕ, ਦਰ ਘਰ ਦੇ ਸ਼ਰਧਾਲੂ, ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਜੀ ਨੂੰ, ਜਿੰਨੇ ਆਪ ਨੇ ਸਵਾਸੇ ਬਖਸ਼ੇ ਕੀਤੇ ਸਨ, ਭੋਗਦਿਆਂ ਹੋਇਆਂ ਕਾਲ ਵਸ ਹੋ ਗਏ ਸੰਸਥੇ ਪਾਤਸ਼ਾਹ ਜੀਓ। ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ, ਭਲੇ ਵਾਸਤੇ ਸਾਰੇ ਹੀ ਪਰਿਵਾਰ ਨੇ ਇਕੱਤਰ ਹੋ ਕੇ ਆਪਣੇ ਗ੍ਰਹਿ ਵਿਖੇ ਧੁਰ ਕੇ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਏ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ। ਭੋਗਾਂ ਤੋਂ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਕਲਯੁਗ ਮੇਂ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨਾਂ ਦੇ ਕੀਰਤਨ ਹੋਏ ਹਨ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਰਹਿ ਜਾਂਦੀਆਂ, ਬਖਸ਼ਣਯੋਗ ਬਖਸ਼ ਲੈਣਾ। ਅੱਗੇ ਤੋਂ ਸੋਤੇ ਸਪਸ਼ਟ ਗੁਰਬਾਣੀ ਪੜ੍ਹਨ ਦੀ, ਕੀਰਤਨ ਕਰਨ ਦੀ ਸਮਰੱਥ ਬਖਸ਼ਿਸ਼ ਕਰਨੀ। ਆਪ ਜੀ ਨੇ ਕਿਰਪਾ ਕਰਨੀ, ਰਹਿਮਤ ਕਰਨੀ, ਤਰਸ ਕਰਕੇ ਵਿਛੜੀ ਹੋਈ ਰੂਹ ਨੂੰ ਸਦਾ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸਾ ਬਖਸ਼ਿਸ਼ ਕਰਨਾ। ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਵਾਲਾ ਬੜ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਪੜ੍ਹੀ ਗਈ ਗੁਰਬਾਣੀ ਕੀਰਤਨ ਦਾ ਫੜਾ ਦੇਸ਼, ਵਿਛੜੀ ਹੋਈ ਰੂਹ ਨੂੰ ਬਖਸ਼ਿਸ਼ ਕਰਨਾ। ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਸੀਤਲ ਕੜਾ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਹੈ ਆਪ ਜੀ ਨੂੰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਲਾਉਣੇ, ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਨਾ। ਕਿਰਪਾ ਕਰੋ ਦੀਨ ਕੇ ਦਾਤੇ, ਆਪਣੇ ਖਜ਼ਾਨਿਆਂ ਭੰਡਾਰਿਆਂ ਵਿੱਚੋਂ ਸ੍ਰੀ ਮੁੱਖ ਬਾਗ ਦੀ ਦਾਤ ਬਖਸ਼ੇ ਕਰਕੇ ਸੰਗਤਾਂ ਨੂੰ ਕਿਰਤਾਰਥ ਕਰੋ। ਮੁੱਖ ਬਾਗ ਦੇ ਚੱਲਣ ਦੇ ਬਲ ਉਦਮ ਬਖਸ਼ੇ ਕਰੋ ਪਾਤਸ਼ਾਹ ਜੀਓ। ਸਹੀ ਪਿਆਰੇ ਮਿਲਣੇ, ਜਿਨ੍ਹਾਂ ਨੂੰ ਮੈਂ ਆਪ ਜੀ ਦਾ ਨਾਮ ਚਿਤਾਵੇ ਸੁੱਖ ਹੋਵੇ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਖਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਗੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ ਹੈ, ਜੋ ਸਰਦਾ ਕਰ ਸੇਮ ਦੇ ਵਾਹਿਗੁਰੂ, ਜੋ ਸਰਦਾ ਕਰ ਸੇਮ ਦੇ ਵਾਹਿਗੁਰੂ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਿਆ ਕਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੇ ਸੋ ਕੀਜੈ। ਰਾਣਾ ਰਾਵਣਾ ਕੋ ਰਹੈ, ਰਾਂਗਣਾ ਤੁੰਗ ਫਕੀਰ, ਵਾਰੀ ਆਪੋ ਆਪਣੀ, ਕੋਏ ਨਾ ਬੰਦੇ ਧੀਰ। ਸੱਜਣ ਸੱਚਾ ਬਾਦਸ਼ਾਹ, ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾਵੇ ਸਾਹੋ। ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਨਵਾਂ, ਮਨ ਰੇ ਕੌਣ ਕੁਮਤ ਤੈਨਿਨੀ, ਪਰ ਦਾਰਾ ਨਿੰਦਿਆ ਰਸ ਰਚਿਓ। ਰਾਮ ਭਗਤ ਨਹਿ ਕਿਨੀ, ਮਨ ਰੇ ਕੌਣ ਕੁਮਤ ਤੈਲਿਨੀ, ਪਰ ਦਾਰਾ ਨਿੰਦਿਆ ਰਸ ਰਚਿਓ। ਰਾਮ
ਭਗਤ ਨਹਿ ਕਿਨੇ ਰਹਾ ਮੁਕਤ ਪੰਥ ਜਾਣਿਓ ਤੈ ਨਾਹਿਨ ਧਨ ਜੋਰਨ ਕੋ ਧਾਇਆ ਅੰਤ ਸੰਗ ਕਾਹੂ ਨਹੀਂ ਦੀਨਾ ਬਿਰਥ ਆਪ ਬੰਧਾਇਆ ਨਾ ਹਰ ਭਜਿਓ ਨਾ ਗੁਰ ਜਨ ਸੇਵਿਓ ਨਹੀਂ ਉਪਜਿਓ ਕਛੁ ਗਿਆਨਾ ਘਟ ਹੀ ਮਾਹੇ ਨਿਰੰਜਨ ਤੇਰੇ ਤੈਂ ਖੋਜਤ ਉਦਿਆਨਾ ਬਹੁਤ ਜਨਮ ਪਰਮਤ ਤੈਂ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਬਹੁਤ ਜਨਮ ਪਰਮਤ ਤੈਂ ਹਾਰਿਓ ਅਸਥਿਰ ਮਤ ਨਹੀਂ ਪਾਈ ਮਾਨਸ ਦੇਹ ਪਾਏ ਪਦ ਹਰ ਭਜ ਨਾਨਕ ਬਾਤ ਬਤਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਜੁੜ ਬੈਠੀ ਸਾਧ ਸੰਗਤ ਜੀਓ ਆਪ ਜੀ ਨੂੰ ਪਤਾ ਹੈ ਕਿ ਸਾਡੇ ਬਹੁਤ ਯੋਗ ਸਤਿਕਾਰਯੋਗ ਮਾਤਾ ਜੋਗਿੰਦਰ ਕੌਰ ਜੀ ਨੂੰ ਜਿੰਨੇ ਪਰਮਾਤਮਾ ਨੇ ਸਵਾਸੇ ਬਖਸ਼ਿਸ਼ ਕੀਤੇ ਸਨ ਭੋਗਦਿਆਂ ਹੋਇਆਂ ਕਾਲ ਵਸ ਹੋ ਗਏ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਵਾਸਤੇ ਭਲੇ ਵਾਸਤੇ ਗੁਰਮੁਖ ਪਰਿਵਾਰ ਨੇ ਪਰਸੋਂ ਦੇ ਰੋਜ਼ ਤੋਂ ਆਪਣੇ ਗ੍ਰਹਿ ਵਿਖੇ ਧੁਰ ਕੇ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਸਨ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਕਲਯੁਗਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਕੀਰਤਨ ਹੋਏ ਹਨ ਪਰਮਾਤਮਾ ਮਾਤਾ ਜੀ ਨੂੰ ਸਦਾ ਵਾਸਤੇ ਆਪਣੇ ਚਰਨਾਂ ਵਿੱਚ ਨਿਵਾਸਾ ਬਖਸ਼ਣ ਹੁਣ ਕੜਾਹ ਪ੍ਰਸ਼ਾਦ ਦੀ ਦੇਗ ਵਰਤਮਾਨ ਹੋਣ ਲੱਗੀ ਹੈ ਗੁਰੂ ਜੀ ਦੇ ਟੁੱਟ ਲੰਗਰ ਚੱਲ ਰਹੇ ਹਨ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ
ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ। ਸਤ ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।